ਦੇਸੀ ਘਿਓ ਦਾ ਤੜਕਾ ਲਾ ਕੇ ਚਾਹ ਤਿਆਰ ਕਰਾਂਗੇ ਜੀ ਆਪਾਂ ਆਹ ਚਾਹ ਤੁਸੀਂ ਵੀ ਆਪਣੇ ਘਰੇ ਤਿਆਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੇ ਇੱਕ ਕੜਾਈ ਦੇ ਵਿੱਚ ਦੇਸੀ ਘਿਓ ਪਾ ਲਿਆ ਜੀ ਵਧੀਆ ਆਪਣੇ ਘਰ ਦਾ ਠੀਕ ਹੈ ਜੇ ਤੁਸੀਂ ਦੋ ਬੰਦਿਆਂ ਵਾਸਤੇ ਚਾਹ ਬਣਾਉਣੀ ਹੈ ਤਾਂ ਤੁਸੀਂ ਇੱਕ ਚਮਚਾ ਭਰ ਕੇ ਦੇਸੀ ਘਿਓ ਦਾ ਪਾ ਲਓ ਉਸ ਤੋਂ ਬਾਅਦ ਤੁਸੀਂ ਜੀ ਉਹਦੇ ਵਿੱਚ ਆਟਾ ਐਡ ਕਰ ਲਓ ਤੁਹਾਨੂੰ ਬਸ 2 ਚਮਚੇ ਆਟੇ ਦੇ ਚਾਹੀਦੇ ਨੇ ਇਹ ਆਟੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਇਹਦੇ ਵਿੱਚ ਭੁੰਨਣਾ ਇਹ ਚਾਹ ਦੇ ਤੁਹਾਨੂੰ ਗੁਣ ਦੱਸਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਚਾਹ ਹੈ ਜੀ ਜਦੋਂ ਤੁਸੀਂ ਸਵੇਰੇ ਦੁਪਹਿਰੇ ਜਦੋਂ ਵੀ ਤੁਸੀਂ ਬਣਾ ਕੇ ਪੀ ਲਈ ਦੇਸੀ ਘਿਓ ਦਾ ਤੜਕਾ ਖਤਮ ਕਰ ਦੂਗੀ ਜੀ ਜੇ ਤੁਸੀਂ ਦਿਨ ਦੇ ਵਿੱਚ ਇੱਕ ਵਾਰੀ ਵੀ ਦੇਸੀ ਘਿਓ ਦਾ ਤੜਕਾ ਲਾ ਕੇ ਚਾਹ ਪੀ ਲਈ ਤੁਹਾਡੇ ਢੂਈ ਦੇ ਵਿੱਚ ਕਦੇ ਦਰਦ ਨਹੀਂ ਹੋਣਾ ਨਹੀਂ ਅੱਜ ਕੱਲ 70% ਲੋਕਾਂ ਦੀ ਢੂਈ ਦੇ ਵਿੱਚ ਲਗਾਤਾਰ ਦਰਦ ਰਹਿੰਦਾ ਜੀ ਉਹ ਥੋੜਾ ਜਿਹਾ ਕੰਮ ਕਰ ਲੈਣ ਆਹ ਲਓ ਜੀ ਇਸ ਨੂੰ ਚੰਗੀ ਤਰ੍ਹਾਂ ਆਟੇ ਨੂੰ ਆਪਾਂ ਨੇ ਬਰਾਉਨ ਕਰ ਲੈਣਾ ਉਸ ਤੋਂ ਬਾਅਦ ਤੁਹਾਡਾ ਗਲਾ ਨਹੀਂ ਖਰਾਬ ਹੋਊਗਾ ਤੁਹਾਨੂੰ ਪਾਣੀ ਦੀ ਤੇਹ ਘੱਟ ਲੱਗੂਗੀ ਤੇ ਤੁਹਾਡੀ ਭੁੱਖ ਵੀ ਇਹ ਘਟਾਊਗੀ ਠੀਕ ਹੈ ਜਦੋਂ ਤੁਸੀਂ ਚਾਹ ਪੀ ਲਈ ਚਾਹ ਪੀਣ ਤੋਂ ਬਾਅਦ ਨਹੀਂ ਆਪਾਂ ਨੂੰ ਹੰਦ ਵੀਰ ਕੁਝ ਖਾ ਲਈਏ ਖਾ ਲਈਏ ਪਰ ਇਹ ਤੁਹਾਨੂੰ એનર્ਜੀ ਨਾਲ ਹੋਰ ਵੀ ਦੇਊਗੀ ਤੇ ਆਟੇ ਦੀ ਇਹ ਚ ਖੁਸ਼ਬੂ ਆਊਗੀ ਪਾਣੀ ਐਡ ਕਰ ਲਿਆ ਜਿੰਨਾ ਕ ਪਾਣੀ ਆਪਾਂ ਚਾਹ ਵਾਸਤੇ ਪਾਉਣੇ ਹੁੰਨੇ ਆ ਉਹਨਾਂ ਕ ਪਾਣੀ ਆਪਾਂ ਜੀ ਇਹਦੇ ਵਿੱਚ ਪਾ ਲਿਆ ਠੀਕ ਹੈ ਜਿੰਦਗੀ ਦੇ ਵਿੱਚ ਮੈਨੂੰ ਐ ਲੱਗਦਾ ਵੀ ਤੁਸੀਂ ਪਹਿਲੀ ਵਾਰੀ ਦੇਸੀ ਘਿਓ ਦਾ ਤੜਕਾ ਲਾ ਕੇ ਚਾਹ ਪੀਣ ਜਾ ਰਹੇ ਹੋ ਠੀਕ ਹੈ ਇੱਕ ਵਾਰੀ ਤੁਸੀਂ ਆਪਣੇ ਘਰੇ ਟਰਾਈ ਕਰਿਓ ਤੇ ਜੇ ਤੁਸੀਂ 10 ਦਿਨ ਵਧੀਆ ਦੇਸੀ ਘਿਓ ਦਾ ਤੜਕਾ ਲਾ ਕੇ ਚਾਹ ਦਿਨ ਦੇ ਵਿੱਚ ਇੱਕ ਵਾਰੀ ਵੀ ਪੀ ਲਈ ਠੀਕ ਹੈ ਪੀਂਦੇ ਰਹੇ ਤੁਸੀਂ 10 ਦਿਨ ਕਦੇ ਤੁਹਾਨੂੰ ਖੰਗ ਜ਼ਖਾਮ ਨਾਜਲਾ ਸਿਰ ਦਰਦ ਗਲਾ ਦਰਦ ਇਹ ਚੀਜ਼ਾਂ ਤਾਂ ਤੁਹਾਡੇ ਨੇੜੇ ਵੀ ਨਹੀਂ ਆਉਣੀ ਆ ਜੀ ਠੀਕ ਹੈ ਇਸ ਤੋਂ ਬਾਅਦ ਆਪਾਂ ਚਾਹ ਪੱਤੀ ਪਾ ਦਾਂਗੇ ਹੁਣ ਪੱਕ ਗਈ ਸੀ ਆਪਣੀ ਚੰਗੀ ਤਰ੍ਹਾਂ ਇਹ ਇਸ ਤੋਂ ਬਾਅਦ ਚਾਹ ਪੱਤੀ ਤੇ ਮਿੱਠਾ ਮਿੱਠਾ ਤੇ ਚਾਹ ਪੱਤੀ ਜਿੰਨਾ ਕੁ ਤੁਹਾਡਾ ਟੇਸਟ ਹੈ ਤੁਹਾਨੂੰ ਵਧੀਆ ਲੱਗਦੀ ਹੈ ਉਨਾਂ ਕੁ ਤੁਸੀਂ ਪਾ ਲਓ ਇਸ ਤੋਂ ਬਾਅਦ ਆਪਾਂ ਇਹਨੂੰ ਉਬਾਲੇ ਦਵਾਵਾਂਗੇ ਜੀ ਚੰਗੀ ਤਰ੍ਹਾਂ ਜਦੋਂ ਤੱਕ ਇਹ ਥੋੜਾ ਜਿਹਾ ਗਾੜਾ ਨਹੀਂ ਹੋ ਜਾਂਦਾ ਮਿਹਨਤ ਜ਼ਰੂਰ ਲੱਗੂਗੀ ਪਰ ਮੈਂ ਕਹਿੰਦਾ ਵੀ ਤੁਹਾਡੇ ਸਰੀਰ ਵਾਸਤੇ ਇੰਨੀ ਜ਼ਿਆਦਾ ਲਾਹੇਵੰਦ ਹੈ ਇਹ ਵੀ ਮੈਂ ਤੁਹਾਨੂੰ ਫਾਇਦੇ ਨਹੀਂ ਇਹਦੇ ਗਿਣਾ ਸਕਦਾ ਠੀਕ ਹੈ ਇੰਨੇ ਜ਼ਿਆਦਾ ਬਾਡੀ ਵਾਸਤੇ ਫਾਇਦੇ ਨੇ ਤੇ ਆਪ ਸਰਚ ਮਾਰ ਕੇ ਦੇਖ ਲਓ ਵੀ ਸਰੀਰ ਵਾਸਤੇ ਕਿੰਨਾ ਜਿਆਦਾ ਜ਼ਰੂਰੀ ਹੈ ਠੀਕ ਹੈ ਆ ਲੋ ਜੀ ਇਸ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਨੇ ਪਕਾ ਲਿਆ ਇਸ ਤੋਂ ਬਾਅਦ ਆਪਾਂ ਪਾਤਾ ਜੀ ਇਹਦੇ ਵਿੱਚ ਦੁੱਧ ਦੁੱਧ ਜਿੰਨਾ ਤੁਹਾਡਾ ਜੀ ਕਰਦਾ ਜੀ ਤੁਸੀਂ ਆਪਦੀ ਚਾਹ ਦੇ ਮੁਤਾਬਕ ਉਹਨਾਂ ਇਹਦੇ ਵਿੱਚ ਪਾ ਲਓ ਇਹ ਕੋਈ ਚੱਕਰ ਨਹੀਂ ਵੀ ਤੁਸੀਂ ਘੱਟ ਪਾਉਣਾ ਜਾਂ ਵੱਧ ਪਾਉਣਾ ਇਸ ਤੋਂ ਬਾਅਦ ਲਗਾਤਾਰ ਲਗਾਤਾਰ ਫੇਰਾ ਪੈਨੂ ਇਸੇ ਤਰੀਕੇ ਨਾਲ ਪਕਾਉਂਦੇ ਰਵਾਂਗੇ ਤੇ ਇਹਦੇ ਚੋ ਆਟੇ ਦੀ ਜਦੋਂ ਖੁਸ਼ਬੂ ਆਉਣ ਲੱਗ ਜਾਂਦੀ ਹੈ ਨਾ ਪੱਕ ਗਏ ਮੈਂ ਕਹਿੰਦਾ ਵੀ ਨਾ ਤੁਹਾਨੂੰ ਲੌਂਗ ਲੈ ਚੀਆਂ ਪਾਉਣ ਦੀ ਵੀ ਲੋੜ ਹੈਗੀ ਜਿਹੜੀ ਆ ਚਾਹ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਤੁਹਾਡੇ ਘ ਦੇਓ ਉਹ ਤੁਹਾਨੂੰ ਬਾਰੀ-ਬਾਰੀ ਪੁੱਛੂਗਾ ਵੀ ਯਾਰ ਤੁਸੀਂ ਪੱਤੀ ਕਿੱਥੋਂ ਲੈ ਕੇ ਆਏ ਹੋ ਆਹ ਚਾਹ ਤੁਸੀਂ ਤਿਆਰ ਕਿਵੇਂ ਕਰੀਏ ਠੀਕ ਹੈ ਬਿਲਕੁਲ ਗਾੜੀ-ਗਾੜੀ ਤਿਆਰ ਹੋਊਗੀ ਜੀ ਆਹ ਚਾਹ ਨੂੰ ਬਣਾਉਣ ਲੱਗੇ ਤੁਹਾਨੂੰ ਥੋੜਾ ਜਿਹਾ 5 ਮਿੰਟ ਦਾ ਸਮਾਂ ਤਾਂ ਵੱਧ ਲੱਗੂਗਾ ਪਰ ਤੁਸੀਂ ਐਂ ਦੇਖੋ ਵੀ ਕਿੰਨੀयां ਜਿਆਦੇ ਜੇ ਤੁਹਾਡੇ ਅੰਦਰ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਵੀ ਨਾਲ ਨਾਲ ਹੋਣ ਜਾ ਰਿਹਾ ਇਹ ਚਾਹ ਤੁਹਾਡਾ ਤਜਾਬ ਵੀ ਨਹੀਂ ਬਣਾਉਂਦੀ ਜੀ ਸਭ ਤੋਂ ਵੱਡੀ ਗੱਲ ਤਾਂ ਇਹਦੇ ਵਿੱਚ ਇਹ ਹੈ ਇਸ ਤੋਂ ਬਾਅਦ ਜੀ ਆਪਣੀ ਚਾਹ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਘੜਛੀ ਨਾਲ ਹੀ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਜਿਹਦੇ ਵਿੱਚ ਆਪਾਂ ਨੇ ਇਹ ਪੀਣੀ ਹੈ ਇਹਨੂੰ ਆਪਾਂ ਪਾਉਣ ਲੈਣੇ ਆ ਚੰਗੀ ਤਰ੍ਹਾਂ ਥੋੜਾ ਜਿਹਾ ਆਟਾ ਪਾਉਣ ਕਰਕੇ ਇਹ ਗਾੜੀ-ਗਾੜੀ ਐ ਇਸ ਕਰਕੇ ਇਹਨੂੰ ਚਮਚੇ ਨਾਲ ਆਪਾਂ ਲਾ ਲੈਣੇ ਆ ਜੀ ھیਠਾਂ ਲਓ ਜੀ ਆਪਾਂ ਨੇ ਇੱਕ ਕੱਪ ਦੇ ਵਿੱਚ ਕੱਢ ਲਈ ਇਸ ਤੋਂ ਬਾਅਦ ਆਪਾਂ ਇਹਦਾ ਟੇਸਟ ਚੈੱਕ ਕਰਦੇ ਹਾਂ ਬਾ ਕਮਾਲ ਹੈ ਜੀ ਇਹ ਪੁਰਾਣੇ ਬਜ਼ੁਰਗਾਂ ਦਾ